कुछ नहीं, कपड़े धोते सी, सुख गए सी, मैं तो चल जाई लाना। हाँ ये तो है। सच ना मैनू हुणी कॉल आई सी मम्मी दी। क्यों, की कहने मम्मी? मम्मी कहने किन्ने दिन हो गए तेनू गई नू, तू आ जा हुण। लगा सी हले तेनू आई नू हफ्ता भी नहीं होया, तो मम्मी ने मगर ही फोन करता। दीदी तुहानू पता तो है घरे मम्मी कल्ली आ, ते सारा काम उन्हां नू आप करना पैंदा। वो तो गल ठीक आ, फिर जे तेरा विआह हो गया उदों मम्मी की करूगी? ए भी आ, चलो छड्डो फिर, जे तुसी कहने हो मैं दो चार दिन होर रह पैनी आ ना इत्थे। हाँ रह पा। वैसे तो दीदी मेरा जी लग गया होया, मैं मम्मी नू कहा सी, पर मम्मी कहंदी सी भी चल तू आ जी, है ना, बारह दिन उन्हां नू औखा हो जाना काम करना उत्थे। कोई ना मम्मी नाल तो मैं आपे गल कर लूं, अज तो तेरे वीरा भी लेट हो गया, अगे तो इस वेल नू आ जांदे आ। शायद तुहानू कोई काम पै गया होगा, रस्ते च खड़े होंगे। मैनूं लगदा आ गए, ते गेट खोल के मैं अंदरों ला के आई सी। जानी आ वीरे ही ना। ਇੰਨਾ ਟਾਈਮ ਲਾਤਾ ਗੇਟ ਖੋਲਣ ਲੱਗਿਆ ਦੱਸ। ਪਾਜੀ ਅੰਦਰ ਪਤਾ ਨਹੀਂ ਲੱਗਿਆ। ਚੱਲ ਕੋਈ ਗੱਲ ਨਹੀਂ, ਆ ਗੇਟ ਲੱਗਿਆ ਜੀ, ਆਟੋ ਨਹੀਂ ਅੰਦਰ ਹੀ ਚੱਲਦੇ ਆਪਾਂ। ਠੀਕ ਆ ਜਾ, ਹੁਣ ਆ ਗਿਆ ਭਾਈ, ਆ ਗਿਆ। ਚੱਲ ਆ ਕੱਪੜਿਆਂ ਦਾ ਕੰਮ ਵੀ ਹੋ ਗਿਆ, ਸਾਂਭੇਗੇ। ਆਏ ਆ ਗਏ ਜੀ ਤੁਸੀਂ, ਇੰਨਾ ਲੇਟ ਕਿਉਂ ਹੋ ਗਏ? ਉਹ ਟੋਨੀ ਮਿਲ ਗਿਆ ਰਾਜ, ਇੱਕ ਤਾਂ ਤੈਨੂੰ ਪਤਾ ਬਾਹਲੇ ਦਿਨਾਂ ਬਾਅਦ ਮਿਲਿਆ ਜੀ, ਫਿਰ ਮੈਂ ਇਹਨੂੰ ਘਰੇ ਹੀ ਲਿਆ। ਚੱਲ ਕੋਈ ਨਾ ਤੁਸੀਂ ਬੈਠੋ, ਮੈਂ ਪਾਣੀ ਲੈ ਕੇ ਆਉਣੀ ਹੈ। ਲਿਆ ਪਾਣੀ ਲਿਆ ਸਰ। ਦੀਦੀ ਜੀ ਮੇਰੀ ਗੱਲ ਸੁਣਿਓ। ਹਾਂਜੀ। ਆ ਜਿਹੜੇ ਭਾਜੀ ਨਾਲ ਮੁੰਡਾ ਆਇਆ, ਇਹ ਕੌਣ? ਇਹ ਤੇਰੇ ਭਾਈ ਦਾ ਦੋਸਤ ਆ, ਆ ਪਿੰਡ 'ਚ ਹੀ ਆਪਣੇ, ਕਾਫੀ ਟਾਈਮ ਬਾਅਦ ਆਇਆ ਗਾ। ਅੱਛਾ, ਪਰ ਤੂੰ ਕੀ ਪੁੱਛਦੀ ਆ? ਮੈਂ ਤਾਂ ਵੈਸੇ ਪੁੱਛ ਲਿਆ ਸੀ, ਕਿਉਂਕਿ ਮੈਂ ਕਿਹੜਾ ਜਾਣਦੀ ਆ ਨਾ। ਚੱਲ ਕੋਈ ਨਾ, ਤੂੰ ਐਂ ਕਰ, ਤੇਰੇ ਭਾਜੀ ਨੂੰ ਪਾਣੀ ਫੜਾ ਲਾ। ਪਾਣੀ ਮੈਂ ਫੜਾ ਕੇ ਆਵਾਂ ਦੀਦੀ? ਕੋਈ ਨਾ, ਜੇ ਤੂੰ ਫੜਾਏਂਗੀ ਫਿਰ ਕੀ ਹੋਜੂਗਾ? ਨਹੀਂ ਮੈਂ ਕਹਿੰਦੀ ਸੀ ਮੈਂ ਕੰਮ ਕਰ ਲੈਂਦੀ, ਤੁਸੀਂ ਫੜਾਇਓ। ਨਹੀਂ ਨਹੀਂ ਮੈਂ ਚਾਹ ਕਰਦੀ ਹਾਂ, ਤੂੰ ਜਾ ਕੇ ਫੜਾ ਕੇ ਆ ਪਾਣੀ। ਚਲੋ ਠੀਕ ਹੈ। ਮਗਰ ਤਾਂ ਵਧੀਆ ਵੀਰੇ, ਫਿਰ ਤੇਰਾ ਵਧੀਆ, ਤੂੰ ਸੁਣਾ ਯਾਰ। ਬਸ ਭਰਾਵਾ ਟਾਈਮ ਪਾਸ ਕਰੇ ਨਾ, ਆ ਦੇਖ ਲੈ ਮੈਨੂੰ ਲੱਗਦਾ ਹੈਪੀ ਦਾ ਫੋਨ ਆ ਗਿਆ, ਆਉਂਦਿਆਂ ਨੂੰ ਦੇਖ ਲਿਆ ਹੋਊਗਾ, ਟੋਲੀ ਨੂੰ ਘਰੇ ਲੈ ਕੇ ਵਗ ਗਿਆ। ਹੈਲੋ, ਵਧੀਆ ਬਾਈ ਵਧੀਆ। ਲੋ ਪਾਣੀ। ਐਂ ਕਰੀ ਸਿਮਰ, ਤੇਰੀ ਭੈਣ ਨੂੰ ਕਹਿੰਦੇ ਚਾਹ ਵੀ ਧਰ ਲੂਗੀ। ਹਾਂ ਹਾਂ ਠੀਕ ਹੈ ਬਾਈ। ਹਾਂ ਹਾਂ ਉਹ ਕੋਈ ਨਾ ਤੇਰੇ ਕੋਲ ਵੀ ਆ ਜਾਊਗਾ, ਕੋਈ ਨਾ ਮੈਂ ਕਹਿ ਦਿੰਦਾ। ਕੀ ਕਹਿੰਦਾ ਸੀ? ਹੈਪੀ ਸੀ, ਕਹਿੰਦਾ ਦੇਖ ਲੈ ਟੋਨੀ ਆਇਆ ਕੰਮ ਤੋਂ ਬਾਹਰੋਂ, ਮੈਨੂੰ ਨਹੀਂ ਮਿਲ ਕੇ ਗਿਆ, ਤੇਰੇ ਨਾਲ ਵਗ ਗਿਆ। ਮੈਂ ਉਹਨੂੰ ਕਿਹਾ ਮੈਂ ਕੋਈ ਗੱਲ ਨਹੀਂ ਤੇਰਾ ਸੁਨੇਹਾ ਲਾ ਦੇਣਾ, ਜਾਂ ਆਈ ਮੜਾ ਉਹਦੇ ਕੋਲ। ਹਾਂ ਹਾਂ ਉਹਦੇ ਕੋਲ ਵੀ ਜਾ ਕੇ ਆਉਂ, ਉਹਨੂੰ ਲੱਗ ਗਿਆ ਹੋ ਪਤਾ ਗਿਆ ਜੇ ਪਾਰਟੀ ਸ਼ਾਲਟੀ ਕਰਨਗੇ। ਉਹੀ ਗੱਲ ਹੈ ਸਾਰੀ। ਇਹ ਮੁੰਡਾ ਮੇਰੇ ਵੱਲ ਦੇਖ ਕੇ ਹੱਸ ਕਿਉਂ ਰਿਹਾ? ਮੈਂ ਕਿਹੜਾ ਇਹਨੂੰ ਜਾਣਦੀ ਹਾਂ, ਬਸ ਦੇਖਣ ਨੂੰ ਤਾਂ ਵਧੀਆ ਲੱਗਦਾ। ਲੈ ਤੂੰ ਇੱਥੇ ਬੈਠੀ ਆ, ਮੈਂ ਤੈਨੂੰ ਸਾਰੇ ਕਿਤੇ ਦੇਖ ਆਈ। ਨਾ ਕੀ ਹੋ ਗਿਆ ਦੀਦੀ, ਇੰਨੇ ਘਬਰਾਏ ਹੋਏ ਕਿਉਂ? ਘਬਰਾਈ ਨਹੀਂ, ਮੈਂ ਨਾ ਬਾਜ਼ਾਰ 'ਚ ਸੂਟ ਲੈਣ ਚੱਲੀ ਸੀ, ਜੇ ਤੂੰ ਵੀ ਲੈਣਾ ਤਾਂ ਨਾਲ ਚੱਲ ਮੇਰੇ। ਸੂਟ ਲੈਣ ਚੱਲੇ ਹੋ? ਹਾਂ ਦੀਦੀ, ਦਿਲ ਤਾਂ ਮੇਰਾ ਵੀ ਕਰਦਾ ਪਰ ਧੁੱਪ ਬਹੁਤ ਆ ਬਾਹਰ। ਚੱਲ ਕੋਈ ਨਾ ਮੈਨੂੰ ਦੱਸ ਦੇ, ਮੈਂ ਲਿਆਉਂਗੀ ਆਪਦੀ ਪਸੰਦ ਦਾ। ਆਪਣੀ ਪਸੰਦ ਦਾ ਲੈ ਆਇਓ, ਜਿਹੜਾ ਵੀ ਤੁਹਾਨੂੰ ਸੋਹਣਾ ਲੱਗਿਆ। ਚੱਲ ਠੀਕ ਆ, ਚੱਲ ਮੈਂ ਚੱਲਦੀ ਹਾਂ, ਫਿਰ ਤੂੰ ਗੇਟ ਲਾ ਲਾ। ਚਲੋ ਠੀਕ ਆ, ਜਾਇਓ ਮੈਂ ਲਗਾ ਲੈਂਦੀ ਹਾਂ ਗੇਟ। ਗੇਟ ਲਗਾ ਹੀ ਲਵਾਂ। ਤੁਸੀਂ ਕਿਉਂ, ਮੈਂ ਆ ਨਹੀਂ ਸਕਦਾ? ਉਹ ਨਹੀਂ ਨਹੀਂ ਜੀ, ਮੇਰਾ ਉਹ ਮਤਲਬ ਨਹੀਂ ਸੀ, ਘਰੇ ਕੋਈ ਹੈ ਨਹੀਂ ਸੀਗਾ ਨਾ, ਤਾਂ ਕਿਹਾ ਸੀ ਮੈਂ ਤਾਂ। ਮੈਂ ਅੰਦਰ ਆ ਸਕਦਾ ਹੁਣ? ਹਾਂਜੀ ਹਾਂਜੀ ਆ ਜਾਓ ਤੁਸੀਂ। ਨਾਲੇ ਕੀ ਪਤਾ ਮੈਂ ਤੁਹਾਡੇ ਕੋਲ ਹੀ ਆਇਆ ਹੁਣ। ਮੇਰੇ ਕੋਲ? ਪਰ ਮੇਰੇ ਕੋਲ ਕਿਉਂ? ਉਹ ਇੰਨੇ ਨਾ ਭੋਲੇ ਨਾ ਬਣੋ,
ਉਹਦੇ ਤਾਂ ਚੋਰੀ ਚੋਰੀ ਵੇਖਦੇ ਸੀ ਤੇ ਅੱਜ ਕੀ ਹੋਇਆ? ਨਹੀਂ ਨਹੀਂ ਇਹੋ ਜੀ ਤਾਂ ਕੋਈ ਗੱਲ ਨਹੀਂ ਹੈਗੀ। ਤੇ ਨਾਲੇ ਭਾਬੀ ਜੀ ਨੇ ਦੀਦੀ ਕਿੱਥੇ ਆ? ਉਹਨਾਂ ਬਾਜ਼ਾਰ ਗਏ ਹੋਏ ਨੇ, ਉਹਨਾਂ ਨੂੰ ਕੰਮ ਸੀਗਾ। ਤੇ ਨਾਲੇ ਮੈਂ ਤਾਂ ਨਾ ਉਹਦੇ ਤੇਰੇ ਬਾਈ ਤੋਂ ਪੈਸੇ ਲੈ ਕੇ ਗਿਆ ਸੀ ਨਾ, ਉਹ ਦੇਣ ਆਇਆ ਸੀਗਾ। ਠੀਕ ਹੈ ਜੀ, ਆ ਪੈਸੇ ਫੜਾ ਦਿਓ ਉਹਨਾਂ ਨੂੰ। ਕੋਈ ਗੱਲ ਨਹੀਂ ਮੈਂ ਫੜਾ ਦੂੰਗੀ। ਚਲੋ ਠੀਕ ਹੈ, ਹੁਣ ਮੈਂ ਚੱਲਦਾ। ਠੀਕ ਹੈ ਜੀ। ਉਹ ਇੱਕ ਮਿੰਟ देख लिया शक करनगे। चल ठीक है, ਹੁਣ ਨਾ ਤੁਸੀਂ ਮੈਨੂੰ ਜਦੋਂ ਭਾਬੀ ਨਾਲ ਹੋਏ ਕੋਲ ਕਰ ਲਿਓ ਤੇ ਮੈਂ ਤੇਰੇ ਨਾਲ ਫੋਨ ਤੇ ਗੱਲ ਕਰ ਦੂੰ। ਠੀਕ ਹੈ, ਚੱਲ ਠੀਕ ਆ, ਹੁਣ ਮੈਂ ਚੱਲਦਾ। ਹਾਈ ਨੰਬਰ ਆ ਕੀ ਸੀ ਆਪਾਂ ਪਾ ਲਿਆ ਮੈਂ ਭਾਬੀ ਨਾਲ ਜੇ ਤੋ ਪਹਿਲਾਂ ਅੱਲ ਕਣੀ ਥਾ ਤੂੰ ਕੀ ਮੈਂ ਤਾਂ ਦੀਦੀ ਤੂੰ ਬਹੁਤ ਹੈ, ਤੂੰ ਸਿਰ ਟਾਈਮ ਵੀ ਬਹੁਤ ਲਾਤਾ। ਹੋਰ ਕੁਛ ਖਾਣ ਪੀਣ ਨੂੰ ਲੈ ਕੇ ਆਵਾਂ? ਨਹੀਂ ਨਹੀਂ ਕੁਛ ਨਹੀਂ ਖਾਣਾ, ਮੈਨੂੰ ਥੱਕ ਗਈ। ਚਲੋ ਤੁਸੀਂ ਐਂ ਕਰੋ ਰੈਸਟ ਕਰ ਲਓ, ਕੰਮ ਤਾਂ ਸਾਰੇ ਮੈਂ ਹੀ ਨਿਬੇੜ ਦੂੰਗੀ। ਨਾ ਕੋਈ ਨਾ, ਮੈਂ ਬਸ ਦਿਨ ਚੜ੍ਹ ਆਰਾਮ ਕਰਨਾ, ਕੰਮ ਦੀ ਟੈਨਸ਼ਨ ਲੈ, ਉਹ ਤਾਂ ਮੈਂ ਆਪੇ ਕਰ ਲੂੰਗੀ। ਚਲੋ ਠੀਕ ਹੈ। ਉਹ ਮੈਡਮ ਕਿਹੜੇ ਖਿਆਲਾਂ 'ਚ ਹੋਈ ਪਈ ਆ, ਨਾਲੇ ਕਿਹੜਾ ਕੰਮ ਕੀਤਾ ਤੂੰ ਮੈਨੂੰ ਦੱਸੀ ਮਾੜਾ ਜਿਹਾ? ਦੀਦੀ ਬਸ ਮੈਂ ਕਰਨ ਲੱਗੀ ਸੀਗੀ। ਕੋਈ ਤਾਂ ਗੱਲ ਹੈਗੀ ਆ ਜਿਹੜੀ ਤੂੰ ਮੈਨੂੰ ਕੋਈ ਜਾਣੀ ਆ? ਜੇ ਕੋਈ ਗੱਲ ਹੁੰਦੀ ਤੁਹਾਨੂੰ ਦੱਸਦੀ ਨਾ, ਮੈਂ ਅੱਗੇ ਸਾਰੀਆਂ ਗੱਲਾਂ ਦੱਸਦੀ ਆ। ਮੈਂ ਇਹੋ ਜਿਹੀ ਕੋਈ ਗੱਲ ਹੀ ਨਹੀਂ ਹੈਗੀ, ਫਿਰ ਮੈਂ ਲੁਕਾਉਣੀ ਕੀ ਆ? ਮੈਂ ਤੈਨੂੰ ਸਵੇਰ ਦੀ ਦੇਖੀ ਜਾਂਦੀ ਆ, ਤੇਰੇ ਨਾਲ ਹਲਚਲ ਹੋ ਹੀ ਜਾਂਦੀ ਕੋਈ ਨਾ ਕੋਈ। ਨਹੀਂ ਤੁਸੀਂ ਸੂਟ ਨਹੀਂ ਲੈ ਕੇ ਮੇਰੇ ਵਾਸਤੇ, ਮੈਂ ਦੇਖਦੀ ਸੀ ਕਿੰਨਾ ਸੋਹਣਾ ਸੂਟ ਆ, ਜਦ ਮੈਂ ਪਾਉਂਗੀ ਨਾ ਕਿੰਨਾ ਸੋਹਣਾ ਲੱਗੂਗਾ। ਚੱਲ ਤੇਰੇ ਕੋਲ ਵੀ ਸੂਟਾਂ ਦੀਆਂ ਗੱਲਾਂ ਮੁੱਕਦੀ ਹੀ ਨਹੀਂ। ਚੱਲ ਮੈਂ ਵੀ ਕਰਦੀ ਕੋਈ ਕੰਮ ਅੰਦਰ, ਤੂੰ ਕਰ ਲੈ ਚਲੇ ਵੇਖ ਲਾ। ਠੀਕ ਹੈ। ਅੱਜ ਤੂੰ ਮੈਨੂੰ ਫੋਨ ਹੀ ਨਹੀਂ ਕੀਤਾ, ਮੈਂ ਕਿੰਨੀ ਵਾਰ ਕਾਲ ਕੀਤੀ ਉਹਨੂੰ, ਬੈਕ ਕਾਲ ਵੀ ਨਹੀਂ ਕੀਤੀ। ਚੱਲ ਥੋੜਾ ਟਾਈਮ ਬਾਅਦ ਲਾ ਕੇ ਦੇਖਦੀ ਹਾਂ। ਸਿਮਰ ਕਰਨੀ ਸਫਾਈ ਤੂੰ? ਹਾਂਜੀ ਦੀਦੀ। ਉਹ ਮੈਂ ਨਾ ਤੈਨੂੰ ਐਂ ਕਹਿੰਦੀ ਸੀ, ਇਹਨਾਂ ਦੀ ਭੂਆ ਕੋਲ ਜਾ ਕੇ ਆਉਣਾ ਸੰਧਾਰਾ ਦਿਨ, ਅੱਜ ਇਹਨਾਂ ਨੂੰ ਛੁੱਟੀ ਸੀ, ਇਹ ਕਹਿੰਦੇ ਆਪਾਂ ਅੱਜ ਹੀ ਜਾ ਆਉਂਦੇ ਹਾਂ। ਤੇ ਸਿਮਰ ਮੈਂ ਵੀ ਤੈਨੂੰ ਇਹੀ ਕਹਿੰਦਾ ਸੀ, ਤੂੰ ਸਾਡੇ ਨਾਲ ਹੀ ਚੱਲ ਪਾ, ਘਰੇ ਇਕੱਲੀ ਕੀ ਕਰੇਂਗੀ? ਕੋਈ ਨਾ ਭਾਜੀ ਜੀ, ਤੁਸੀਂ ਜਾ ਆਓ, ਮੈਂ ਕੀ ਕਰੂੰਗੀ, ਨਾਲੇ ਮੈਂ ਕਿਹੜਾ ਉਹਨਾਂ ਨੂੰ ਜਾਣਦੀ ਹਾਂ। ਚੱਲ ਠੀਕ ਆ ਫਿਰ, ਧਿਆਨ ਰੱਖੀ, ਨਾਲੇ ਗੇਟ ਲਾ ਲਈ। ਕੋਈ ਗੱਲ ਨੀ, ਮੈਂ ਗੇਟ ਲਾ ਲੂੰਗੀ, ਤੇ ਤੁਸੀਂ ਵੀ ਨਾ ਟਾਈਮ ਸਿਰ ਆ ਜਾਓ। ਕੋਈ ਗੱਲ ਨੀ, ਅਸੀਂ ਟਾਈਮ ਨਾਲ ਆ ਜਾਾਂਗੇ। ਇੱਕ ਗੱਲ ਯਾਦ ਰੱਖੀ, ਕੋਈ ਵੀ ਕੁੰਡਾ ਖੜਕਾਈ ਜਾਵੇ ਗੇਟ ਨਹੀਂ ਖੋਲਣਾ ਹੈਗਾ, ਠੀਕ ਹੈ? ਅੰਦਰੋਂ ਹੀ ਪੁੱਛ ਲਈ ਕੌਣ ਹੈ ਤੇ ਕਹਿ ਦੀ ਸਾਡੇ ਘਰੇ ਕੋਈ ਨਹੀਂ ਹੈਗਾ। ਠੀਕ ਹੈ, ਚੱਲ ਫਿਰ ਚੱਲੀਏ ਆਪਾਂ। ਹਾਂਜੀ ਚੱਲ ਠੀਕ ਹੈ ਸਿਮਰ, ਧਿਆਨ ਰੱਖੀ। ਹੁਣ ਵੀ ਨੀ ਫੋਨ ਚੱਕਦੇ ਪਏ ਇਹ। ਹੈਲੋ, ਮੈਂ
कदों दी कॉल करी जानी है तुहानू, चक क्यों नहीं रहे? जे बंदा बिजी हुंदा चक के दसता दिंदा भी मैं बिजी हाँ, मैं बाद च कॉल करूंगा, मैनू उदों दी टेंशन हो जाती है। अच्छा चलो मेरी गल सुनो, मैं ना तुहाडे नाल गल करनी सी। दीदी ते भाजी ना गए हुए ने, घरे कोई नहीं हैगा, जे तुसी मैनू आके मिल जांदे। हाँ हाँ हुणी कहनी है। नहीं नहीं उन्होंने हजे नहीं आना, उन्होंने टाइम लग जूगा, वह भूआ नूं संधारा देण गए हुए ने, काफी टाइम लग जाना उन्होंने आते हुए। चलो ठीक है मैं वेट कर रही हूँ, नाले फोन चक लिया करो टाइम से, मैं पागल नहीं हैगी जी बार बार फोन करी जावा। यार वो तो मैनू पता बिजी हुंदा, बंदा चक के कह दिंदा है भी मैं बाद च कॉल करूंगा। चलो ठीक है आके कॉल कर लो मैनू। हाँ मैं गेट खोल दूंगी। चल मैं काम कर लेनी है, जाने तो नहीं आता है। अच्छा तो रिश्तेदार है कोई, फोन बंद ही रखूंगा जदों मेरे को पैसे है नहीं, होर मैं दस की करा ना। जी तुसी फोन बंद रखोगे अपनी गल किवें होगी मैनू आए दसो की करा यार, परेशान सीगा तां करके फोन बंद रख लिया। पर इधर मैं भी परेशान हुई पई सी कि फोन क्यों नहीं चक रहे जब फोन क्यों बंद आंदा, पहला तो रिंगा बजी गया बाद च स्विच ऑफ ही कर लिया तुसी। और तां करके स्विच ऑफ करता मैं, बार बार वो लोग भी रहा सी फोन करके पैसे दे दे पैसे दे दे। चल कोई ना मैनू आए दसो किन्ने पैसे देने तुसी ओदे? 10,000 देना यार। 10,000 ओ यार मैं बैठा था मेरे को टाइम है नहीं, मेरा ना मूड खराब होया पे, कदे फिर बैठ के करांगी गल। तुसी क्यों टेंशन लई आ, तुहानू मैं क्या ना पैसे वाले ही ना मैं कर दूंगी, एवें ना टेंशन लो। नाले फोन ते गल कर ली, बनाउने आ प्लान मिलना दा किथे। मतलब मैं समझी नहीं, हुण मिल ते जांदे आ किसी सेफ जगह ते बनाउंगे प्रोग्राम। चलो ठीक है जिथे पतले होइए। किन्ना करदा है मेरा। चल कोई ना 10,000 ही आ, मैं ना इधरों किसी पासों हीला करके उन्हें पैसे दे दूंगी, नाले जे मैं फोन ते गल ना करा ना मेरा तो सरदा ही नहीं उहदे बिना। चल सिमर तू इत्थे कल्ले के बैठी है? कुछ नहीं दीदी मैं तो वैसे गोडे जवाब दे के कहिंदी हुण तां कहिंदे आपदे कोल ही रख ली उहनूं। कोई ना दीदी 2-4 दिनां तक मैं चल जाऊंगी, हुण तां मेरा जी लग गया होर तां मैं रहूंगी। नाले जदे दा विआह हो गया उदों वी तां बेबे कम करेही करू। अच्छा जी मैं तो भूल गया थी, कोई ना 2 दिन रह 4 दिन रह, मैं तो मजाक करता ही तेरे नाल। लो जी जो कोई मजाक सी देख लो दीदी, मैं तो ये सोचती हूं कि हम पहले रिश्ता भी इत्थे करा लेने हैं। पता बड़ी वधिया गल है, कोई मुंडा देख लेने नाले दोने भैणां आपदा सुख दुख कर लिया करनगियां है ना, एक दूजे नूं तू किसे दे घरे नहीं आंदी, ये अपने घरे आ जा करो, तू इहनां दे घरे वग जा, वधिया जी लग्गे रहा करो तुहाडा। क्यों भी सिंगर करा ली तेरा इत्थे रिश्ता? रिश्ता तुसी किहो जिहियां गल्लां करी जांदे हो? मैं दस्स ओह तां इक दिन होणा ही आ। ਉਹ ਤਾਂ ਹੈ ਪਰ ਮੇਰਾ ਰਿਸ਼ਤਾ ਇੱਥੇ ਕਿਵੇਂ ਹੋ ਸਕਦਾ?
क्यों तेरी भैन का नहीं इतने रिश्ता होया है जेड़ा तेरा नहीं होना है ना मेरी गल सुन मैं तो खेत जाना कल नू ड्यूटी ते जाना अज गेड़ा मारा ना भी झोना कि खड़ा चलो ठीक है तुसीं चले जाओ ठीक है चंगा जीजू भी बाले ना चाक करदे ने इतना ही है इन्हां दा सुभाव वैसे बहुत वधिया गा हां जी ओ तां है मैं भी यही चाहनी आ कि जिहदे नाल मेरा विआह होवे ना ओहदा नेचर भी वधिया होवे कोई ना फिर इत्थे लभ दांगे आपां तेरे वास्ते भी वधिया जिहा मुंडा दीदी तुसीं भी ना बस तुसी इत्थे क्यों इतनी हैरानी ना पूछिए नहीं नहीं पर तुसी की करना है क्यों मैं आ नहीं सकता इत्थे मेरे वो मतलब नहीं सी कोई काम सी ते नाले भाभी नहीं दीदी किथे है भाभी ते गवांडियां दे घरे गए हुए ने ते किदो को मुड़ के आऊगी भाभी वो तो मेनू भी नहीं पता चल वधिया गल है पर तुसी आए क्यों बैठे हो तुसी चल जो जे किसी ने देख लिया ना ए मैं अगला गल्ला बनाऊंगा वो मेनू किसी दा डर नहीं मारिया मैं आपदे घरे बैठे पर की पर लाई है तुसी पैसे तो उदन दे गए सीगे फिर अज की काम सी जे उदे पैसे दे गया सी फिर मैं इहदा मतलब आ नहीं सकदा इत्थे आ तो सकते हो सिमर जदों दा तेनू देखिया ना मेरा जमा दिल नहीं लगता ओ अच्छा दिल तो तेरा भी नहीं लगता दस चाहे ना दस वैसे हाल तो मेरा भी यही आ पर लोगों तो डर लगता भी लोग की कहेंगे सिमर मेरे होंदे कदा डर जदों मैं तेरे नाल है तुसी कदों को तक मेरे नाल रहोगे ओके टाइम ते ना सब छड़ जाते होंदे आ नाले सिमर मैं साथ छड़न वाले तो नहीं जिहदी एक वारी बांह फड़ ली है ना मुड़ के उम्र भर नहीं छड़दे पर मैं कि मैं यकीन करा तुहाडे ते नाले ये प्यार ना यकीन ते भरोसे ते टिकिया हुंदा ये प्यार ते यकीन ही है नहीं वो प्यार कादा चलो हुण तुसी जाओ एम दीदी आ जाणगे मैं तो चलिया जाना पर फोन कर लिया कर ठीक है कोई गल नहीं मैं आपे फोन कर लूंगी मैं कुंडा लगा देनी आ नहीं तो दीदी कहणगे तू कुंडा ही नहीं लगाया ਉਹ ਆਪਦੇ ਮੁੰਡੇ ਦੇ ਰਿਸ਼ਤੇ ਦੀ ਗੱਲ ਕਰਦਾ ਸੀ ਮੈਂ ਕਿਹਾ ਚਲੋ ਦੇਖ ਲੈਂਦੇ ਆ ਤਾਂ ਚਾਚੇ ਨੇ ਆਪਣੇ ਆਪ ਹੀ ਕਹਿਤਾ ਕਹਿੰਦਾ ਤੇਰੀ ਸਾੜੀ ਦਾ ਜੇ ਕਰ ਦਿੰਦੇ ਆ ਮੈਂ ਤਾਂ ਉੱਥੇ ਹਾਂ ਕਰਾ ਦੇਖ ਵਿਸ਼ਾਲੀ ਮੁੰਡਾ ਬਾਹਰ ਗਿਆ ਕੈਨੇਡਾ ਹਨਾ ਚਾਚਾ ਚਾਚੀ ਦੇ ਸੁਭਾਅ ਦਾ ਤੈਨੂੰ ਪਤਾ ਹੀ ਹੈ ਰਾਜ ਕਦੋਂ ਰਾਜ ਉਹਨਾਂ ਦੇ ਘਰੇ ਇਹ ਹਾਂ ਸੱਚੀ ਬਹੁਤ ਵਧੀਆ ਸੁਭਾਅ ਚਾਚਾ ਚਾਚੀ ਦਾ ਤੇ ਮੁੰਡਾ ਵੀ ਬਹੁਤ ਵਧੀਆ ਪਰ ਦੀਦੀ ਮੇਰੀ ਗੱਲ ਤਾਂ ਸੁਣੋ ਤੁਸੀਂ ਬੋਲੀ ਜਾਂਦੇ ਹੋ ਮੇਰੀ ਤਾਂ ਸੁਣ ਲਓ ਤੂੰ ਦੱਸ ਪਹਿਲਾਂ ਤੂੰ ਕੀ ਗੱਲ ਕਰਨੀ ਮੈਂ ਨਾ ਅਜੇ ਵਿਆਹ ਨਹੀਂ ਕਰਾਉਣਾ ਲੈ ਦੱਸ ਕਿਉਂ ਨਹੀਂ ਕਰਾਉਣਾ ਵਿਆਹ ਆ ਮੇਰਾ ਵੀ ਤਾਂ ਹੋਇਆ ਹੀ ਆ ਨਾਲੇ ਇੱਕ ਨਾ ਇੱਕ ਦਿਨ ਕਰਾਉਣਾ ਹੀ ਪੈਂਦਾ ਬਸ ਮੈਂ ਹੁਣ ਤੇਰੀ ਕੁਛ ਨਹੀਂ ਸੁਣਨੀ ਮੈਂ ਤੇਰੀ ਵੱਡੀ ਭੈਣ ਆ ਤੇਰਾ ਮਾੜਾ ਥੋੜੀ ਸੋਚੂੰਗੀ ਪਰ ਦੀਦੀ ਪਰ ਫਿਰ ਕੁਛ ਨਹੀਂ ਹਾਏ ਰੱਬਾ ਆ ਕੀ ਹੋ ਗਿਆ ਮੈਂ ਇਹਨਾਂ ਨੂੰ ਕਿਵੇਂ ਦੱਸਾਂ ਕਿ ਮੈਂ ਵਿਆਹ ਕਿਉਂ ਨਹੀਂ ਕਰਾਉਣਾ ਇਹ ਤਾਂ ਮੇਰੀ ਗੱਲ ਹੀ ਨਹੀਂ ਸੁਣਦੇ ਪਏ ਕੋਈ ਵੀ ਜੀਜਾ ਤਾਂ ਹਾਂ ਵੀ ਕਰ ਆਇਆ ਇੱਕ ਵਾਰ ਵੀ ਨਹੀਂ ਪੁੱਛਿਆ ਮੇਰੇ ਤੋਂ ਕੀ ਹੋਊਗਾ ਫਿਰ ਤੂੰ ਮੈਨੂੰ ਕੀ ਕਹੂੰਗੀ ਸਿਮਰ ਮੈਂ ਤੂੰ ਕਿੱਧਰ ਨੂੰ ਤਿਆਰੀ ਕੀਤੀ ਆ ਦੀਦੀ ਬਸ ਮੈਂ ਆਪਣੇ ਪਿੰਡ ਚੱਲੀ ਹਾਂ ਕਿਉਂ ਦੀਦੀ ਹੁਣ ਕਿੰਨੇ ਦਿਨ ਤਾਂ ਹੋ ਗਏ ਮੈਨੂੰ ਆਈ ਨੂੰ ਨਾਲੇ ਹੁਣ ਮੈਂ ਸੋਚ ਲਿਆ ਹੁਣ ਮੈਂ ਚੱਲੀ ਹਾਂ ਨਾਲੇ ਮੰਮੀ ਦਾ ਵੀ ਤਾਂ ਫੋਨ ਆ ਕਿੰਨੀ ਵਾਰ ਆ ਗਿਆ ਕੋਈ ਨਾ ਤੇਰੇ ਭਾਜੀ ਨੇ ਨਾ ਮੰਮੀ ਨਾਲ ਗੱਲ ਕਰ ਲਈ ਸੀ ਉਹ ਕਹਿੰਦੇ ਰਹਿ ਲੈਣ ਦੋ ਕੋਈ ਨਾ ਥੋੜੇ ਦਿਨ
नहीं दीदी बस मैं चलनी हाँ, नाले कितना टाइम मम्मी कल्ले काम पे जाएंगे। नहीं नहीं तू कितने नहीं आना, नाले चाचा चाची नहीं आना गा, वो कहीं ऐसी रोका कर देंगे, शगन बाज हो जाऊंगा। पर दीदी बस मैं सोच लिया मैं जाना चाहिए, कितने दिन तो हो गए नहीं दस थैंक यू बाग जी, तो तेरे भाजी गुस्सा कर लगे। पर मैं रह के की करा हूं, क्यों रह के करनी, चाचे चाचे ने गल करनी तेरे रिश्ते बारे, नाले तेनू देख जाएंगे। मैं जिन्हों पसंद करती है ना मैं ओदे नाल ही ब्याह करवाना, बस मैं तुहानू दसदा। तू मुंडा दस कित्थों मैनू, तुहाडे पिंड दा ही आ। साडे पिंड दा कौन आ, की नाम ओदा? पाजी दा दोस्त टोनी। टोनी हाय मेरे रब्बा, ओदे नाल नहीं तेरा ब्याह हो सकदा कदे भी। दीदी तुसी क्यों बोलदे, ओदे नाल ब्याह नहीं हो सकदा, मैं तां ओदे नाल ही ब्याह करवाना आ। अच्छा तेनू इन्ना पता भी टोनी पहला ब्याह होया? की नहीं दीदी ए नहीं हो सकता। हाँ यही सच है नाले। नहीं दीदी ऐसा नहीं हो सकता, उन्हें मैंने कहा सी मैं तेनू प्यार करदा, मैं ब्याह कराऊंगा। अब ब्याह भी ओदी गल्लां छड्ड, मैं उन्हें चंगी तरह जानदी हां, एक नंबर दा धोखेबाज आ, नाले अजकल दे मुंडे ना आही लारे लाउंदे आ वी असीं ब्याह करवावांगे। छोटी भैन छोटी भैन की जिंदगी खराब होने दूंगी, नाले तो मुंडे होंगे। हां जी दीदी मेनू नहीं पता सी ओ एडा वड्डा धोखेबाज निकलूगा, ਉਹਨੇ ਇੱਕ ਵਾਰ ਵੀ ਨਹੀਂ ਮੈਨੂੰ ਦੱਸਿਆ ਕਿ ਉਹ ਵਿਆਹਿਆ ਹੋਇਆ। ਨੀ ਤੁਸੀਂ ਆਪ ਹੀ ਸੋਚੋ ਮੈਂ ਏਡਾ ਵੱਡਾ ਫੈਸਲਾ ਕਿਉਂ ਲੈਂਦੀ ਉਹਦੇ ਨਾਲ ਵਿਆਹ ਕਰਾਉਣ ਦਾ। ਤਾਂ ਹੀ ਤਾਂ ਸਿਮਰ ਮੈਂ ਤੈਨੂੰ ਉਦੋਂ ਪੁੱਛ ਰਹੀ ਸੀ ਵੀ ਜੇ ਕੋਈ ਗੱਲ ਹੈਗੀ ਆ ਤਾਂ ਮੈਨੂੰ ਦੱਸ ਦੇ, ਜੇ ਮੈਂ ਤੇਰੀ ਵੱਡੀ ਭੈਣ ਆ ਤੇਰਾ ਮਾੜਾ ਨਹੀਂ ਸੋਚਦੀ ਹੈਗੀ। ਚੱਲ ਕੋਈ ਨਾ ਹੁਣ ਤੂੰ ਫਿਕਰ ਨਾ ਕਰ, ਆ ਗਲਤੀ ਨੂੰ ਭੁੱਲ ਜਾਂਦੀ ਹੈ। ਥੈਂਕ ਯੂ ਦੀਦੀ।